ਸਾਡੇ ਨਾ ਮਨਾਂ ਦੇ ਵਿੱਚ ਬੜੇ ਸਵਾਲ ਆਉਂਗੇ ਕਿ ਬਾਬੇ ਦੀ ਬਾਣੀ ਨੂੰ ਪੜਦੇ ਵੀ ਆਂ ਸੁਣਦੇ ਵੀ ਆਂ ਪਰ ਕਾਰਨ ਕੀ ਐ ਗੁਰਦੁਆਰੇ ਆਉਣ ਵਾਲਾ ਵੀ ਦੁਖੀ ਐ ਤੇ ਗੁਰਦੁਆਰੇ ਨਾ ਆਉਣ ਵਾਲਾ ਵੀ ਦੁਖੀ ਐ ਪਾਠ ਕਰਨ ਵਾਲਾ ਵੀ ਦੁਖੀ ਐ ਤੇ ਨਾ ਕਰਨ ਵਾਲਾ ਵੀ ਦੁਖੀ ਐ ਬਹੁਤੀ ਵਾਰ ਸਾਡਾ ਐਸੇ ਲੋਕਾਂ ਨਾਲ ਵਾਹ ਪੈਂਦਾ ਐ ਇਹ ਬੰਦੇ ਦੀ ਜ਼ਿੰਦਗੀ 'ਚ ਸੁੱਖਾਂ ਦਾ ਧਾਰ ਨਹੀਂ ਕਿਉਂ ਨਹੀਂ ਹੁੰਦਾ ਦੁਖੀ ਕਿਉਂ ਹੈ ਬੰਦਾ ਬੜਾ ਪਿਆਰਾ ਬਚਨ ਪੰਚਮ ਪਿਤਾ ਨੇ ਸਾਡੇ ਸਨਮੁਖ ਰੱਖਿਆ ਹੈ ਕਹਿੰਦੇ ਇਹ ਇਨਸਾਨ ਸੁਖੀ ਹੋਣਾ ਹੈ ਨਾ ਤੇ ਕੁਝ ਹੀਲੇ ਕਰਨੇ ਪੈਣੇ ਆ ਤਈ ਕੁਝ ਕੁਝ ਚੰਗੀਆਂ ਨੂੰ ਆਪਣੇ ਅੰਦਰ ਗ੍ਰਹਿਣ ਕਰਨਾ ਪੈਣਾ ਤੇ ਬੁਰਾਈਆਂ ਨੂੰ ਛੱਡਣਾ ਪੈਣਾ ਤੇ ਕਹਿੰਦੇ ਉਹ ਚੰਗਿਆਈ ਕੀ ਹੈ ਹੁਕਮ ਹੁਕਮ ਨੂੰ ਮੰਨਣਾ ਪੈਣਾ ਹੈ ਕਹਿੰਦੇ ਰੋਣ ਕਿਉਂ ਹੈ ਕਿਉਂਕਿ ਹੁਕਮ ਨਾ ਜਾਣ ਹੈ ਬਹੁਤਾ ਰੋਵ ਹੈ ਕਹਿੰਦੇ ਤੂੰ ਹੁਕਮ ਨੂੰ ਨਹੀਂ ਜਾਣਦਾ ਤਾਂ ਤੇਰੀ ਤੇਰੀ ਜ਼ਿੰਦਗੀ ਦੇ ਵਿੱਚ ਰੋਣ ਹੈ ਤਾਂ ਤੇਰੇ ਪੱਲੇ ਜ਼ਿਆਦਾਤਰ ਖੁਵਾਰੀਆਂ ਪਈਆਂ ਹੋਈਆਂ ਨੇ ਇੱਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਦੀ ਨਾ ਇਤਿਹਾਸ ਦੀ ਘਟਨਾ ਮੈਂ ਆਪ ਜੀ ਦੇ ਸਨਮੁਖ ਰੱਖਦੀ ਜਾਵਾਂ ਗੁਰੂ ਨਾਨਕ ਪਾਤਸ਼ਾਹ ਜੀ ਨਾ ਅਹਮਦਾਬਾਦ ਦੀ ਧਰਤੀ ਤੇ ਗਏ ਤੇ ਲੋਕਾਂ ਦੇ ਘਰ ਘਰ ਜਾ ਕੇ ਬਾਬੇ ਨੇ ਜਗਾਇਆ ਕਹਿੰਦੇ ਇਹ ਲੋਕੋ ਜਾਗ ਜਾਓ ਬਾਬਰ ਆਵੇਗਾ ਤੁਹਾਨੂੰ ਲੁੱਟ ਕੇ ਤੇ ਚਲਿਆ ਜਾਵੇਗਾ ਤੁਹਾਨੂੰ ਲੁੱਟਣ ਤੋਂ ਕੋਈ ਨਹੀਂ ਬਚਾ ਸਕਦਾ ਜਿੰਨਾ ਚਿਰ ਤੱਕ ਤੁਸੀਂ ਬਾਬਰ ਦਾ ਮੁਕਾਬਲਾ ਕਰਨ ਲਈ ਤਿਆਰ ਨਹੀਂ ਹੁੰਦੇ ਤੇ ਅਹਿਮਦਾਬਾਦ ਦੀ ਧਰਤੀ ਤੇ ਲੋਕਾਂ ਨੇ ਨਾ ਪਤਾ ਕੀ ਕੀਤਾ ਸੀ ਮੂਰਤੀਆਂ ਲਾਈਆਂ ਹੋਈਆਂ ਸਨ ਤੇ ਕਹਿੰਦੇ ਨਾਨਕ ਤੇਰਾ ਤਾਂ ਦਿਮਾਗ ਖਰਾਬ ਹੈ ਕਹਿੰਦੇ ਨਾਨਕ ਦੇਖ ਇਹ ਮੂਰਤੀਆਂ ਅਸੀਂ ਆਪਣੀ ਸੇਫਟੀ ਲਈ ਅਸੀਂ ਆਪਣੇ ਬਚਾਅ ਲਈ ਲਾਈਆਂ ਨੇ ਜਦੋਂ ਬਾਬਰ ਆਵੇਗਾ ਇਹਨਾਂ ਮੂਰਤੀਆਂ ਦੇ ਵਿੱਚੋਂ ਰੱਬ ਪ੍ਰਗਟ ਹੋਵੇਗਾ ਤੇ ਉਹ ਰੱਬ ਸਾਡੀ ਰੱਖਿਆ ਕਰੇਗਾ ਉਹ ਬਾਬੇ ਨੇ ਕਿਹਾ ਨਾ ਭਲਿਓ ਰੱਬ ਦੇ ਨਾਂ ਤੇ ਤੁਹਾਨੂੰ ਉਕਸਾਇਆ ਗਿਆ ਏ ਫਸਾਇਆ ਗਿਆ ਏ ਤੁਹਾਨੂੰ ਤੁਹਾਡੀ ਮਦਦ ਆਪ ਕਰਨੀ ਪੈਣੀ ਏ ਉਹ ਇਹਨਾਂ ਮੂਰਤੀਆਂ ਦੇ ਵਿੱਚੋਂ ਕਿਸੇ ਰੱਬ ਨੇ ਪ੍ਰਗਟ ਨਹੀਂ ਹੋਣਾ ਕਹਿੰਦੇ ਬਾਬਾ ਤੇਰੇ ਅੱਗੇ ਜੋੜੇ ਦੋਵੇਂ ਹੱਥ ਜਾ ਜਿੱਥੋਂ ਆਇਆ ਹੈ ਦੇਖੀ ਜਿੱਦਣ ਬਾਬਰ ਹਮਲਾ ਕਰਨ ਲਈ ਆਇਆ ਇਹ ਮੂਰਤੀਆਂ ਸਾਡਾ ਸਾਥ ਦੇਣ 기ਆਂ ਤੇ ਤਵਾਰੀਖ ਦੇ ਪੰਨੇ ਗਵਾਣੇ ਭਾਗਾ ਵਾਲਿਓ ਬਾਬਰ ਆਇਆ ਬਾਬਰ ਨੇ ਅਹਿਮਦਾਬਾਦ ਦੀ ਧਰਤੀ ਤੇ ਲੋਕਾਂ ਨੂੰ ਲੁੱਟਿਆ ਕੁੱਟਿਆ ਤੇ ਉਹਨਾਂ ਦੀਆਂ ਜੁਮਾਨ ਬਹੁ ਬੇਟੀਆਂ ਤੇ ਬੱਚਿਆਂ ਨੂੰ ਕਈਆਂ ਦੀਆਂ ਇੱਜ਼ਤਾਂ ਲੁੱਟੀਆਂ ਤੇ ਕਈਆਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲੈ ਗਿਆ ਜਦੋਂ ਇਹ ਸਾਰਾ ਘਟਨਾ ਕਰਮ ਵਾਪਰਿਆ ਨਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਮਰਦਾਨੇ ਨੂੰ ਕਹਿੰਦੇ ਜਲ ਮਰਦਾਨਿਆ ਆਪਾਂ ਫਿਰ ਅੰਮ੍ਰਿਤ ਬਾਦ ਦੀ ਧਰਤੀ ਨੂੰ ਚੱਲੀਏ ਮਰਦਾਨਾ ਕਹਿੰਦਾ ਬਾਬਾ ਤੂੰ ਪੋ ਲਗਿਆ ਏ ਇਹ ਉਹ ਅਹਿਮਨਾਬਾਦ ਦੀ ਤੱਤੀ ਦੇ ਲੋਕ ਨੇ ਜਿਹੜੇ ਲੋਕਾਂ ਨੇ ਤੈਨੂੰ ਦੇਖ ਕੇ ਦਰਵਾਜ਼ੇ ਬੰਦ ਕੀਤੇ ਸਨ ਜਿਹੜੇ ਲੋਕਾਂ ਨੂੰ ਤੈਨੂੰ ਤੇਰੇ ਬੋਲ ਸੁਣ ਕੇ ਤੇ ਬੁਰਾ ਭਲਾ ਕਿਹਾ ਸੀ ਬਾਬਾ ਅੱਜ ਤੂੰ ਫੇਰ ਚੱਲੇ ਆਏ ਉਹਨਾਂ ਦੇ ਕੋਲ ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਬੜਾ ਪਿਆਰਾ ਜਵਾਬ ਦਿੱਤਾ ਹੈ ਕਹਿੰਦੇ ਮਰਦਾਨਿਆਂ ਜਿੱਦਾਂ ਦਾ ਇੱਕ ਮਾਂ ਦਾ ਬਿਰਤ ਹੁੰਦਾ ਹੈ ਨਾ ਸੁਭਾਅ ਹੁੰਦਾ ਹੈ ਬੱਚਾ ਜਿੰਨਾ ਮਰਜ਼ੀ ਨਲਾਇਕ ਕਿਉਂ ਨਾ ਆਵੇ ਕਹਿੰਦੇ ਮਾਂ ਤਰਸਦੀ ਹੈ ਉਸ ਬੱਚੇ ਨੂੰ ਛਾਤੀ ਨਾਲ ਲਾਉਣ ਲਈ ਕਿ ਕਦੋਂ ਮੇਰਾ ਬੱਚਾ ਆਪਣੀ ਗਲਤੀ ਦਾ ਅਹਿਸਾਸ ਕਰੇ ਤੇ ਕਦੋਂ ਮੈਂ ਆਪਣੇ ਬੱਚੇ ਨੂੰ ਛਾਤੀ ਦੇ ਨਾਲ ਲਾਵਾਂ ਕਹਿੰਦੇ ਜਿਵੇਂ ਇੱਕ ਮਾਂ ਆਖਰੀ ਦਮ ਤੱਕ ਆਪਣੇ ਬੱਚੇ ਨੂੰ ਬਦਲਣ ਦਾ ਹਿਲਾ ਕਰਦੀ ਹੈ ਨਾ ਐ ਮਰਦਾਨਿਆਂ ਮੈਂ ਵੀ ਇਹਨਾਂ ਲੋਕਾਂ ਨੂੰ ਬਦਲਦਾ ਹੀਲਾ ਕਰਾਂਗਾ ਚਾਹੇ ਅੱਜ ਵੀ ਮੈਨੂੰ ਇਹ ਤੱਕੇ ਮਾਰ ਕੇ ਬਾਹਰ ਕਿਉਂ ਨਾ ਕੱਢ ਦੇਵਾਂ ਤੇ ਕਹਿੰਦੇ ਜਦੋਂ ਐਦ ਕੀ ਗੁਰੂ ਨਾਨਕ ਪਾਤਸ਼ਾਹ ਜੀ ਗਹਿਣਾਂ ਜਿਨ੍ਹਾਂ ਲੋਕਾਂ ਨੇ ਦਰਵਾਜ਼ੇ ਬੰਦ ਕੀਤੇ ਸੀ ਜਿਨ੍ਹਾਂ ਲੋਕਾਂ ਨੇ ਬੁਰਾ ਬਣਾਇਆ ਸੀ ਬਾਬੇ ਨੂੰ ਅੱਜ ਉਹਨਾਂ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਨਹੀਂ ਰੁਕ ਰਹਾ ਬਾਬਾ ਕਾਸ਼ ਅਸੀਂ ਤੇਰੀ ਮੰਨੀ ਹੁੰਦੇ ਕਾਸ਼ ਬਾਬਾ ਸੀ ਉਦੋਂ ਸਮਝੇ ਹੁੰਦੇ ਤੇ ਅੱਜ ਅਸੀਂ ਆਪਣਾ ਜਾਨੀ ਤੇ ਮਾਲੀ ਨੁਕਸਾਨ ਕਰਵਾਉਣ ਤੋਂ ਬਚ ਜਾਣਾ ਸੀ ਭਾਗਾਂ ਵਾਲਿਓ ਇੱਕ ਗੱਲ ਮੈਂ ਇੱਥੇ ਹੋਰ ਕਲੀਅਰ ਕਰਦੀ ਜਾਵਾਂ ਜਿਹੜਾ ਧਾਰਮਿਕ ਤੇ ਰਾਜਨੀਤਿਕ ਬੰਦਾ ਹੁੰਦਾ ਹੈ ਨਾ ਬਹੁਤੀ ਵਾਰ ਤੁਸੀਂ ਦੇਖੇ ਹੋਣੇ ਆ ਕਿ ਜਿਹੜੇ ਧਾਰਮਿਕ ਬੰਦੇ ਆ ਅਕਸਰ ਹੀ ਰਾਜਨੀਤਿਕ ਬੰਦਿਆਂ ਦੇ ਕਦਮਾਂ 'ਚ ਜਾ ਕੇ ਪੈਂਦੇ ਨੇ ਜਾਂ ਧਾਰਮਿਕ ਜਿਹੜੇ ਬੰਦੇ ਹੁੰਦੇ ਨੇ ਉਹਨਾ ਆਪਣੇ ਗਦੇਲੇ ਲਾਏ ਹੁੰਦੇ ਨੇ ਤੇ ਰਾਜਨੀਤਿਕ ਉਹਨਾਂ ਦੇ ਆ ਕੇ ਪੈਰਾਂ 'ਚ ਬੈਠੇ ਹੁੰਦੇ ਨੇ ਕਾਰਨ ਕੀ ਹੈ ਸਮਝਣ ਦਾ ਯਤਨ ਕਰਿਆ ਜੇ ਆਪਣੀਆਂ ਮਨੋਵਿਰਤੀਆਂ ਨੂੰ ਇਕਾਗਰ ਕਰਦੇ ਹੋ ਸਾਨੂੰ ਨਾ ਕੱਲਾ ਰਾਜਨੀਤਿਕ ਬੰਦਾ ਲੁੱਟਣਾ ਚਾਵੇ ਤੇ ਨਹੀਂ ਲੁੱਟ ਸਕਦਾ ਮਨਾਂ 'ਚ ਸਵਾਲ ਪੈਦਾ ਹੋ ਰਹੇ ਹੋਣਗੇ ਕਿਉਂ ਨਹੀਂ ਲੁੱਟ ਸਕਦਾ ਜਿੰਨਾ ਚਿਰ ਉਹਦੇ ਨਾਲ ਧਾਰਮਿਕ ਬੰਦਾ ਇਨਵੋਲਵ ਨਾ ਹੋਵੇ ਧਰਮਾਂ ਦੇ ਨਾਂ ਤੇ ਸਾਨੂੰ ਵੰਡਿਆ ਜਾਂਦਾ ਹੈ ਸਾਨੂੰ ਲੜਾਇਆ ਜਾਂਦਾ ਹੈ ਸਾਨੂੰ ਮਰਵਾਇਆ ਜਾਂਦਾ ਹੈ ਫਿਰ ਸਾਡੇ ਬਣਦੇ ਨੇ ਧੜੇ ਉਹਨਾਂ ਧੜਿਆਂ ਦੇ ਵਿੱਚ ਸਾਡੀ ਚੋਣ ਹੁੰਦੀ ਹੈ ਆਹ ਬੰਦਾ ਇਸ ਧੜੇ ਦਾ ਐ ਤੇ ਆਹ ਬੰਦਾ ਇਸ ਧੜੇ ਦਾ ਮੈਂ ਗੱਲ ਕਰ ਰਹੀ ਸੀ ਧਾਰਮਿਕ ਤੇ ਰਾਜਨੀਤਿਕ ਦੋਨੇ ਬੰਦੇ ਉੱਪਰੋਂ ਇਉਂ ਕਹਿ ਦਈਏ ਕਿ ਕਿਉਂ ਖਿਚੜੀ ਇੱਕ ਹੀ ਹੁੰਦੇ ਨੇ ਰਾਜਨੀਤਿਕ ਬੰਦਾ ਧਾਰਮਿਕ ਬੰਦੇ ਕੋਲ ਜਾਂਦਾ ਹੈ ਕਹਿੰਦਾ ਜੇ ਇਹਨਾਂ ਨੂੰ ਆਪਣੇ ਗੁਲਾਮ ਬਣਾਉਣਾ ਹੈ ਤੇਰਾ ਵੀ ਇੱਕੋ ਮਕਸਦ ਹੈ ਗੁਲਾਮ ਬਣਾਉਣਾ ਤੇ ਮੇਰਾ ਵੀ ਇੱਕੋ ਮਕਸਦ ਹੈ ਗੁਲਾਮ ਬਣਾਉਣਾ ਰਾਜਨੀਤਿਕ ਤੇ ਧਾਰਮਿਕ ਦੋਨੇ ਜਿਹੜੇ ਗੁਰੂ ਤੋਂ ਟੁੱਟੇ ਹੁੰਦੇ ਨੇ ਜਿਹੜੇ ਆਪਣੇ ਪਿੱਛੇ ਲੋਣ ਦਾ ਸਾਨੂੰ ਯਤਨ ਕਰਦੇ ਨੇ ਇਹਨਾਂ ਦੋਵਾਂ ਦਾ ਮਕਸੂਦ ਹੁੰਦਾ ਹੈ ਸਾਨੂੰ ਆਮ ਜਨਤਾ ਨੂੰ ਗੁਲਾਮ ਬਣਾਉਣਾ ਹੋਇਆ ਕੀ ਜਦੋਂ ਇਹ ਅਹਿਮਦਾਬਾਦ ਦੀ ਧਰਤੀ ਦਾ ਸਾਰਾ ਘਟਨਾਕਰਮ ਵਾਪਰਿਆ ਹੈ ਨਾ ਉਦੋਂ ਵੀ ਰਾਜਨੀਤਿਕ ਤੇ ਧਾਰਮਿਕ ਦੋਵੇਂ ਧਿਰਾਂ ਆਪਸ ਵਿੱਚ ਐਨ ਰਲ ਗਈਆਂ ਸੀ ਰਾਜਨੀਤਕ ਬੰਦਾ ਧਾਰਮਿਕ ਨੂੰ ਕਹਿੰਦਾ ਕਹਿੰਦਾ ਤੂੰ ਇਹਨਾਂ ਨੂੰ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ ਫਸਾ ਸਕਦਾ ਹੈ ਤੂੰ ਇਹਨਾਂ ਨੂੰ ਲੁੱਟ ਸਕਦਾ ਹੈ ਜਦੋਂ ਤੂੰ ਇਹਨਾਂ ਨੂੰ ਲੁੱਟਿਆ ਤੇ ਮੇਰਾ ਕੁੱਟਣ ਦਾ ਮੌਕਾ ਮਿਲ ਜਾਣਾ ਹੈ ਪਾਪ ਮੈਂ ਇਹਨਾਂ ਦੇ ਘਰਾਂ ਚੋਂ ਖਾਊਂਗਾ ਰੁਜ਼ਗਾਰ ਮੈਂ ਪਰਵਾਵਾਂਗਾ ਇਹਨਾਂ ਦੇ ਜਵਾਨ ਪੁੱਤ ਮੈਂ ਇਹਨਾਂ ਦੇ ਨਾਲ ਇਹਨਾਂ ਦੀ ਇਹੋ ਜੀ ਦਸ਼ਾ ਕਰ ਦੇਵਾਂਗਾ ਕਿ ਜਿਹੜੇ ਇਹ ਮਰਦੇ ਦਮ ਤੱਕ ਯਾਦ ਰੱਖਣਗੇ